ਮੈਂ ਤਾਂ ਅਸੀਂ ਪਟਾਲੇ ਤੋਂ ਹਾਂਜੀ ਤੇ ਮੋਟਰਸਾਈਕਲ ਦੇ ਮੁੰਡੇ ਆਏ ਹਾਂਜੀ ਤੇ ਉਹ ਲੈ ਗਏ ਮੋਬਾਈਲ ਤੇ ਉਹ ਫਸ ਕਰਦੇ ਪਹਿਲੇ ਡੰਡੇ ਮਾਰੇ ਨਾ ਡੰਡੇ ਵੱਜੇ ਤੁਹਾਡੇ ਦਿਨ ਚ ਇੱਕੋ ਦਿਨ ਚ ਦੋ ਕੇਸ ਨੇ ਆ ਬਾਬਾ ਜੀ ਸੈਰ ਕਰਦੇ ਸੀ ਬਾਬਾ ਜੀ ਦੇ ਬਿੰਡਾ ਮਾਰੇ ਇਹਨਾਂ ਤੋਂ ਲੁੱਟ ਖੋ ਕੀਤੀ ਹੈ ਹਾਂ ਭਾਜੀ ਇਹਨੇ ਵੀਰੇ ਇਹਨਾਂ ਨਾਲ ਲੁੱਟ ਖੋ ਕੀਤੀ ਹੈ ਕਿਸੇ ਨੇ ਇਹ ਭਾਜੀ ਸਾਈਕਲ ਤੇ ਆ ਰਹੇ ਸੀ ਅੰਬਿਕਾ ਅੰਕਲੇਵ ਸਨੋਰ ਰੋਡ ਨੂੰ ਜਾਂਦੇ ਆ ਅੱਧ ਵਾਲੇ ਪੀਰ ਤੋਂ ਔਖੇ ਕੀ ਹੋਇਆ ਕੀ ਜਨਹਿਤੈਸ਼ੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਅੰਜਲੀ ਰਾਜਪੂਤ ਸਵਾਗਤ ਕਰਦੀ ਹਾਂ ਪੰਜਾਬ ਦੇ ਵਿੱਚ ਲਗਾਤਾਰ ਹੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਵਿਗੜਦੀ ਹੋਈ ਦੇਖੀ ਜਾ ਸਕਦੀ ਹੈ ਤਾਂ ਲਗਾਤਾਰ ਹੀ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਬੇਖੌਫ ਹੋ ਕੇ ਇਹਨਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਹੜੇ ਆਮ ਇਨਸਾਨ ਨੇ ਉਹਨਾਂ ਦਾ ਸੜਕਾਂ ਦੇ ਉੱਪਰ ਚੱਲਣਾ ਆਪਣੇ ਵਾਹਨਾਂ ਤੇ ਸਵਾਰ ਹੋ ਕੇ ਇੱਕ ਥਾਂ ਤੋਂ ਦੂਸਰੀ ਥਾਂ ਜਾਣਾ ਵੀ ਬੇਹੱਦ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਦੋ ਲੋਕਾਂ ਨੂੰ ਇਹਨਾਂ ਤਿੰਨ ਨੌਜਵਾਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਜ਼ਰੂਰ ਹੀ ਤੁਹਾਨੂੰ ਵੀ ਦੱਸ ਦਈਏ ਕਿ ਪਹਿਲਾਂ ਤਾਂ ਇੱਕ ਵਿਅਕਤੀ ਜਿਹੜਾ ਕਿ ਸਾਈਕਲ ਤੇ ਜਾ ਰਿਹਾ ਹੁੰਦਾ ਤਾਂ ਉਸਦੇ ਉੱਪਰ ਵਾਰ ਕੀਤਾ ਜਾਂਦਾ ਤਾਂ ਜਿਸ ਤੋਂ ਬਾਅਦ ਉਸਦੇ ਕੋਲੋਂ ਲੁੱਟ ਖੋ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਇੱਕ ਹੋਰ ਵਿਅਕਤੀ ਵੀ ਜਿਹੜਾ ਉਸਦੇ ਕੋਲੋਂ ਵੀ ਅੱਗੇ ਜਾ ਕੇ ਇਹਨਾਂ ਦੇ ਕੋਲੋਂ ਹੀ ਲੁੱਟ ਕਰ ਲਿੱਤੀ ਜਾਂਦੀ ਹੈ ਤਾਂ ਜ਼ਰੂਰ ਹੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਪਰ ਤਸਵੀਰਾਂ ਅਜਿਹੀਆਂ ਨੇ ਜਿਹੜੀਆਂ ਦਿਖਾਈਆਂ ਵੀ ਨਹੀਂ ਜਾ ਸਕਦੀਆਂ ਕਿਉਂਕਿ ਜ਼ਰੂਰ ਹੀ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਵਿਅਕਤੀ ਨੇ ਜਿਨ੍ਹਾਂ ਦੇ ਕੋਲੋਂ ਲੁੱਟ ਖੋ ਕੀਤੀ ਗਈ ਹੈ ਕਿਸ ਗੰਭੀਰ ਰੂਪ ਦੇ ਨਾਲ ਜ਼ਖਮੀ ਦੇਖੇ ਜਾ ਸਕਦੇ ਨੇ ਲਗਾਤਾਰ ਹੀ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਵਿਗੜਦੀ ਹੋਈ ਦੇਖੀ ਜਾ ਸਕਦੀ ਹੈ ਤਾਂ ਬੀਤੀ ਰਾਤ ਦੀ ਇਹ ਵਾਰਦਾਤ ਹੈ ਜਿਹੜੀ ਕਿ ਸਨੌਰ ਰੋਡ ਤੇ ਅੱਧਵਾਲਾ ਪੀਰ ਕੋਲ ਜਿਹੜਾ ਇੱਕ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਜ਼ਰੂਰ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਬਜ਼ੁਰਗ ਵਿਅਕਤੀ ਜਿਹੜਾ ਕਿ ਸੈਰ ਕਰ ਰਿਹਾ ਸੀ ਇਸ ਦੇ ਨਾਲ ਹੀ ਇੱਕ ਸਾਈਕਲ ਸਵਾਰ ਦੇ ਕੋਲੋਂ ਵੀ ਲੁੱਟ ਕੀਤੀ ਗਈ ਹੈ ਹਾਲਾਂਕਿ ਕੋਈ ਵੀ ਪੁਰਾਣੀ ਰੰਜਿਸ਼ ਕੁਝ ਨਹੀਂ ਸੀ ਅਚਾਨਕ ਹੀ ਇਹ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਇਹਨਾਂ ਨਾਲ ਲੁੱਟ ਖੋ ਕੀਤੀ ਹੈ ਕਿਸੇ ਨੇ ਇਹ ਭਾਜੀ ਸਾਈਕਲ ਤੇ ਆ ਰਹੇ ਸੀ ਮੈਂ ਤਾਂ ਆਇਆ ਸੀ ਪਟਾਲੇ ਤੋਂ ਹਾਂਜੀ ਤੇ ਮੋਟਰਸਾਈਕਲ ਦੇ ਮੁੰਡੇ ਆਏ ਹਾਂਜੀ ਤੇ ਉਹ ਲੈ ਗਏ ਮੋਬਾਈਲ ਤੇ ਉਹ ਫਸ ਕਰਦੇ ਪਹਿਲੇ ਡੰਡੇ ਮਾਰੇ ਨਾ ਡੰਡੇ ਡੰਡੇ ਵੱਜੇ ਤੁਹਾਡੇ ਇੱਕੋ ਦਿਨ ਚ ਦੋ ਕੇਸ ਨੇ ਆ ਬਾਬਾ ਜੀ ਸੈਰ ਕਰਦੇ ਸੀ ਬਾਬਾ ਜੀ ਦੇ ਬਿੰਡਾ ਮਾਰੇ ਇਹਨਾਂ ਤੋਂ ਲੁੱਟ ਖੋ ਕੀਤੀ ਹੈ ਹਾਂ ਭਾਜੀ ਇਹਨੇ ਵੀਰੇ ਇਹਨਾਂ ਨਾਲ ਲੁੱਟ ਖੋ ਕੀਤੀ ਹੈ ਕਿਸੇ ਨੇ ਇਹ ਭਾਜੀ ਸਾਈਕਲ ਤੇ ਆ ਰਹੇ ਸੀ ਅੰਬਿਕਾ ਅੰਕਲੇਵ ਸਨੋਰ ਰੋਡ ਨੂੰ ਜਾਂਦੇ ਆ ਅੱਧ ਵਾਲੇ ਪੀਰ ਤੋਂ ਔਖੇ ਕੀ ਹੋਇਆ ਕੀ ਭਾਜੀ ਤੁਹਾਡਾ ਮੈਂ ਇੱਥੋਂ ਆਇਆ ਸੀ ਪਟਾਲੇ ਤੋਂ ਹਾਂਜੀ ਤਿੰਨ ਮੋਟਰਸਾਈਕਲ ਦੇ ਮੁੰਡੇ ਆਏ ਹਾਂਜੀ ਤੇ ਉਹ ਲੈ ਗਏ ਮੋਬਾਈਲ ਤੇ ਉਹ ਫਸ ਕਰਦੇ ਪਹਿਲੇ ਡੰਡੇ ਮਾਰੇ ਨਾ ਡੰਡੇ ਡੰਡੇ ਵੱਜੇ ਆ ਤੁਹਾਡੇ ਹਾਂ ਯਾਰ ਮੁੰਡੇ ਦੀ ਪਛਾਣ ਭਾਜੀ ਤੁਹਾਨੂੰ ਰਿੰਕੂ ਕੁਮਾਰ ਕੋਈ ਪਛਾਣ ਨਹੀਂ ਸਨੌਰ ਰੋਡ ਤੇ ਜਾ ਰਹੇ ਸੀ ਇਹਨਾਂ ਦੇ ਲੁੱਟ ਖੋ ਕਰਕੇ ਬਿੰਡਾ ਮਾਰ ਕੇ ਗਏ ਨੇ ਭਾਜੀ ਆਹ ਦੂਜਾ ਕੇਸ ਹੈ ਭਾਜੀ ਸਨੌਰ ਰੋਡ ਤੇ ਜਾਂਦੇ ਆ ਅੱਧ ਵਾਲੇ ਪੀਰ ਤੋਂ ਅੱਗੇ ਤਿੰਨ ਬੰਦੇ ਨੇ ਜੀ ਹਾਂ ਭਾਜੀ ਇਹਨੇ ਵੀਰੇ ਇਹਨਾਂ ਨਾਲ